ਅੱਜ ਆਓ ਸਾਂਝ ਪਾਈਏ ਭਾਈ ਸਾਪਾਏ ਲੈਣਾ ਸਿੰਘ ਜੀ ਜੋ ਕਿ ਭਾਈ ਸਾਪਾਏ ਰੁਕबीर ਸਿੰਘ ਬੀਰ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਇੱਕ ਆਤਮਕ ਚਿੱਠੀ ਆਪਣੀ ਸੁਪਤਰੀ ਨੂੰ ਲਿਖੀ ਉਸ ਆਤਮਕ ਚਿੱਠੀ ਨਾਲ ਅਸੀਂ ਸਾਂਝ ਪਾਈਏ ਮੇਰੀ ਪਿਆਰੀ ਸੁਪਤਰੀ ਸਤਿ ਸ਼੍ਰੀ ਅਕਾਲ ਤੂੰ ਰੋਜ਼ ਦਰਬਾਰ ਸਾਹਿਬ ਦਾ ਪਾਠ ਕਰਦੀ ਹੈਂ ਤੇਰਾ ਵੈਗਰੂ ਤੇ ਪੂਰਾ ਨਿਸ਼ਚੈ ਪਰ ਜਦ ਆ ਗੂ ਵੈਗਰੂ ਦੇ ਹੋਰ ਕੋਲ ਹੋ ਕੇ ਵੇਖ ਉਹ ਤੇਰਾ ਕੀ ਲੱਗਦਾ ਹੈ ਉਹ ਤੇਰਾ ਪਿਤਾ ਹੈ ਮਾਤਾ ਹੈ ਉਹੀ ਅਸਲੀ ਪਿਤਾ ਹੈ ਅਸੀਂ ਦੁਨੀਆਵੀ ਮਾਪੇ ਦਿਖਾਵੇ ਦੇ ਮਾਪੇ ਹਾਂ ਅਸੀਂ ਦੁਨੀਆਵੀ ਮਾਪੇ ਦਿਖਾਵੇ ਦੇ ਮਾਪੇ ਹਾਂ ਵੈਗਰੂ ਦਾ ਤੇਰੇ ਨਾਲ ਪਿਆਰ ਮੇਰੇ ਨਾਲੋਂ اتنا ਜ਼ਿਆਦਾ ਹੈ ਕਿ ਜਿੰਨਾ ਕੀ ਅਸਲੀ ਤੇ ਨਕਲੀ ਚੀਜ਼ ਦਾ ਫਰਕ ਹੈ ਵਾਹਿਗੁਰੂ ਦਾ ਤੇਰੇ ਨਾਲ ਪਿਆਰ ਮੇਰੇ ਨਾਲ ਉਤਨਾ ਜ਼ਿਆਦਾ ਹੈ ਜਿੰਨਾ ਕਿ ਅਸਲੀ ਤੇ ਨਕਲੀ ਚੀਜ਼ ਦਾ ਫਰਕ ਹੈ ਵਾਹਿਗੁਰੂ ਸਿਰਫ ਸ਼ਕਤੀਮਾਨ ਹੋਣ ਕਰਕੇ ਸਭ ਕੁਝ ਤੇਰੇ ਵਾਸਤੇ ਕਰ ਸਕਦਾ ਹੈ ਤੇ ਕਰ ਰਿਹਾ ਹੈ ਪਰ ਤੂੰ ਬੇਖਬਰ ਹੈ ਤੂੰ ਜ਼ਰਾ ਹੋਸ਼ ਸੰਭਾਲ ਜੇ ਸਰਬ ਸ਼ਕਤੀਮਾਨ ਪਿਤਾ ਹਰ ਵੇਲੇ ਤੇਰੇ ਕੋਲ ਹੋਵੇ ਤੇ ਉਹਦੇ ਪਿਆਰ ਦਾ ਕੋਈ ਅੰਤ ਨਾ ਹੋਵੇ ਤਾਂ ਤੈਨੂੰ ਹੋਰ ਫੇਰ ਕੀ ਚਾਹੀਦਾ ਹੈ ਜੀ ਸਿਰਫ ਸ਼ਕਤੀਮਾਨ ਪਿਤਾ ਹਰ ਵੇਲੇ ਤੇਰੇ ਕੋਲ ਹੋਵੇ ਤੇ ਉਹਦੇ ਪਿਆਰ ਦਾ ਕੋਈ ਅੰਤ ਨਾ ਹੋਵੇ ਤੱਤ ਨੂੰ ਹੋਰ ਫਿਰ ਕੀ ਚਾਹੀਦਾ ਹੈ ਤੂੰ ਵੈਗਰੂ ਨੂੰ ਪਿਤਾ ਬਣਾਉਣ ਵਾਸਤੇ ਕੋਈ ਖੁਸ਼ਾਮਦ ਨਹੀਂ ਕਰਨੀ ਕੋਈ ਕੋਸ਼ਿਸ਼ ਨਹੀਂ ਕਰਨੀ ਉਹ ਅੱਗੇ ਹੀ ਪੈਦਾਇਸ਼ੀ ਪਿਤਾ ਬਣਿਆ ਹੋਇਆ ਹੈ ਤੂੰ ਸਿਰਫ ਜਾਣਨਾ ਹੈ ਕਿ ਉਹ ਠੀਕ ਪਿਤਾ ਹੈ ਤੇ ਬੜਾ ਪਿਆਰ ਕਰਨ ਵਾਲਾ ਪਿਤਾ ਹੈ ਤੂੰ ਸਿਰਫ ਜਾਣਨਾ ਹੈ ਕਿ ਉਹ ਠੀਕ ਪਿਤਾ ਹੈ ਤੇ ਬੜਾ ਪਿਆਰ ਕਰਨ ਵਾਲਾ ਪਿਤਾ ਹੈ ਉਹਦੇ ਕੋਲ ਹੁੰਦਿਆਂ ਕਿਸੇ ਚੀਜ਼ ਦੀ ਲੋੜ ਨਹੀਂ ਉਹਦੇ ਮੌਜੂਦ ਹੁੰਦਿਆਂ ਕੋਈ ਤਕਲੀਫ ਬੇਚੈਨੀ ਫਿਕਰ ਗਮ ਤੇ ਬਿਮਾਰੀ ਆਦ ਨਜ਼ਦੀਕ ਨਹੀਂ ਆ ਸਕਦੀਆਂ ਤੂੰ ਇਸ ਪਿਤਾ ਦੀ ਥੋਰਨ ਬਣ ਜਾ ਜਿਸ ਪਿਤਾ ਨੂੰ ਭੁਲਾਇਆ ਹੋਇਆ ਹੈ ਉਹਨੂੰ ਹਰ ਵੇਲੇ ਮੌਜੂਦ ਦੇਖ ਤੂੰ ਇਸ ਪਿਤਾ ਦੀ ਫੌਰਨ ਪੀ ਬਣ ਜਾ ਜਿਸ ਪਿਤਾ ਨੂੰ ਤੂੰ ਭੁਲਾਇਆ ਹੋਇਆ ਹੈ ਉਹਨੂੰ ਹਰ ਵੇਲੇ ਮੌਜੂਦ ਦੇਖ ਕੋਸ਼ਿਸ਼ ਇਹ ਕਰ ਕਿ ਉਹ ਪਿਤਾ ਕੋਲ ਮੌਜੂਦ ਦਿਸੇ ਕੋਸ਼ਿਸ਼ ਇਹ ਕਰ ਕਿ ਉਹ ਪਿਤਾ ਕੋਲ ਮੌਜੂਦ ਦਿਸੇ ਤੇ ਪਿਤਾ ਵਾਂਗ ਪਿਆਰ ਕਰਦਾ ਅਤੇ ਸਾਰਾ ਧਿਆਨ ਕਰਦਾ ਪਾਸੇ ਸਾਰੇ ਫਿਕਰ ਤੇ ਸੋਚਾਂ ਉਹਦੇ ਵੱਲ 깔 ਦੇ ਤੇ ਨਹੀ ਕੇਵਲ ਹੋ ਕੇ ਬੇਫਿਕਰੀ ਵਿੱਚ ਸ਼ਾਂਤੀ ਨਾਲ ਬੈਠ ਸਾਰੇ ਫਿਕਰ ਤੇ ਸੋਚਾਂ ਉਹਦੇ ਵੱਲ ਘੱਲ ਦੇ ਤੇ ਨੇ ਕੇਵਲ ਹੋ ਕੇ ਬੇਫਿਕਰੀ ਵਿੱਚ ਸ਼ਾਂਤੀ ਨਾਲ ਬੈਠ ਜੇ ਕਿਸੇ ਵਕਤ ਮਾਇਆ ਦਾ ਕੋਈ ਰੰਗ ਬੇਚੈਨੀ ਪੀੜ ਤਾਪ ਜਾਂ ਹੋਰ ਕਿਸੇ ਸ਼ਕਲ ਵਿੱਚ ਦਿਸੇ ਉਹਦੇ ਕੋਲੋਂ ਬਿਲਕੁਲ ਨਹੀਂ ਡਰਨਾ ਜੇ ਕਿਸੇ ਵਕਤ ਮਾਇਆ ਦਾ ਕੋਈ ਰੰਗ ਬੇਚੈਨੀ ਪੀੜ ਤਾਪ ਜਾਂ ਹੋਰ ਕਿਸੇ ਸ਼ਕਲ ਵਿੱਚ ਦਿਸੇ ਉਦੇ ਕੋਲੋਂ ਬਿਲਕੁਲ ਨਹੀਂ ਡਰਨਾ ਉਹ ਇੱਕ ਝੂਠਾ ਰੰਗ ਝੂਠੀ ਮਾਇਆ ਦਾ ਹੈ ਜੋ ਪਰਛਾਵੇਂ ਵਾਂਗ ਡਰਾਉਂਦਾ ਹੈ ਉਸ ਨੂੰ ਲਲਕਾਰ ਕੇ ਕਹ ਦੇ ਕਿ ਤੇਰੇ ਵਿੱਚ ਕੋਈ ਸਤਿਆ ਨਹੀਂ ਕਿ ਤੂੰ ਵਾਇਗੁਰੂ ਦੀ ਹਾਜ਼ਰੀ ਵਿੱਚ ਮੇਰੇ ਕੋਲ ਆਵੇਂ ਉਸ ਨੂੰ ਲਲਕਾਰ ਕੇ ਕਹ ਦੇ ਕਿ ਤੇਰੇ ਵਿੱਚ ਕੋਈ ਸਤਿਆ ਨਹੀਂ ਕਿ ਤੂੰ ਵਾਇਗੁਰੂ ਦੀ ਹਾਜ਼ਰੀ ਵਿੱਚ ਮੇਰੇ ਕੋਲ ਆਵੇਂ ਵਾਇਗੁਰੂ ਦੇ ਬੇਤ ਨੂਰ ਦੇ ਸਾਹਮਣੇ ਮਾਇਆ ਦੇ ਹਨੇਰੇ ਰੰਗ ਡਰ ਦੇ ਮਾਰੇ ਨੇੜੇ ਨਹੀਂ ਟੁਕਦੇ ਯਾਦ ਰੱਖ ਵਿਗਰੂ ਦੇ ਬੇਅੰਤ ਨੂਰ ਦੇ ਸਾਹਮਣੇ ਮਾਇਆ ਦੇ ਹਨੇਰੇ ਰੰਗ ਡਰ ਦੇ ਮਾਰੇ ਨੇੜੇ ਨਹੀਂ ਟੁਕਦੇ ਉਹ ਜਾਣਦੇ ਹਨ ਕਿ ਜੇਕਰ ਅਸੀਂ ਨੇੜੇ ਜਾਵਾਂਗੇ ਤਾਂ ਸੜ ਜਾਵਾਂਗੇ ਉਹ ਜਾਣਦੇ ਹਨ ਮਾਇਆ ਦੇ ਰੰਗ ਜਾਣਦੇ ਹਨ ਕਿ ਜੇਕਰ ਅਸੀਂ ਨੇੜੇ ਜਾਵਾਂਗੇ ਤਾਂ ਸੜ ਜਾਵਾਂਗੇ ਹਰ ਵੇਲੇ ਪੜਨ ਵਾਸਤੇ ਇਹ ਸ਼ਬਦ ਹੈ ਸਭੇ ਇੱਛਾ ਪੁੰਨੀਆਂ ਲਗ ਪ੍ਰਭ ਕੇ ਪਾਵੇ ਸਭੇ ਇੱਛਾ ਪੁੰਨੀਆਂ ਲਗ ਪ੍ਰਭ ਕੇ ਪਾਵੇ ਸੋ ਏਸੀ ਉਹ ਆਤਮਿਕ ਚਿੱਠੀ ਜੇ ਆਪ ਜੀ ਨੂੰ ਇਹ ਵੀਡੀਓ ਪਸੰਦ ਆਇਆ ਹੈ ਤਾਂ ਇਸ ਨੂੰ ਪਲੀਜ਼ ਲਾਈਕ ਕਰੋ ਔਰ ਜੇ ਇਸ ਤਰ੍ਹਾਂ ਦੇ ਹੋਰ ਵੀਡੀਓ ਆਪ ਜਾंदे ਹੋ ਕਿ ਆਪ ਜੀ ਨੂੰ ਪੇਸ਼ ਕੀਤੇ ਜਾਣ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ